ਕਿਸਾਨੀ ਅੰਦੋਲਨ ਦਿੱਲੀ ਬਾਰਡਰ ਤੇ ਲਗਾਤਾਰ ਚੱਲ ਰਿਹਾ ਹੈ 26 ਨਵੰਬਰ ਤੋਂ 220 ਤੋਂ ਇਹ ਅੰਦੋਲਨ ਸ਼ੁਰੂ ਹੋਇਆ ਤਾਂ ਕਿਸਾਨੀ ਅੰਦੋਲਨ ਚ ਕਿਸਾਨਾਂ ਨੂੰ ਹਰ ਸਹੂਲਤ ਦੇਣ ਦੀ ਪੰਜਾਬ ਦੇ ਹਰ ਵਰਗ ਦੇ ਇਨਸਾਨ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਅਗਰ ਅਸੀਂ ਸਿੰਘੂ ਬਾਰਡਰ ਤੇ ਚਾਤ ਪਈ ਤਾਂ ਲਗਾਤਾਰ ਉਥੇ ਲੰਗਰਾਂ ਦੀ ਸੇਵਾ ਅਤੇ ਹਰ ਇੱਕ ਤਰ੍ਹਾਂ ਦੀ ਸੇਵਾ ਜਿਹੜੀ ਹੈ ਉਥੇ ਚੱਲ ਰਹੀ ਹੈ ਅਤੇ ਸਭ ਤੋਂ ਜ਼ਿਆਦਾ ਦਿੱਲੀ ਬਾਰਡਰ ਤੇ ਨੈਟਵਰਕ ਦੀ ਪ੍ਰੋਬਲਮ ਆਉਂਦੀ ਸੀ ਤਾਂ ਕੇਜਰੀਵਾਲ ਸਰਕਾਰ ਵੱਲੋਂ ਵੀ ਉਥੇ ਵਾਈਫਾਈ ਜਿਹੜੇ ਲਗਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਇਲੈਕਟ੍ਰਿਸਿਟੀ ਨੂੰ ਲੈ ਕੇ ਬਹੁਤ ਸਾਰੀਆਂ ਪ੍ਰੋਬਲਮ ਸਾਹਮਣੇ ਆਈਆਂ ਕਿ ਮੋਬਾਈਲ ਚਾਰਜ ਨਹੀਂ ਸੀ ਹੋ ਪਾਉਂਦੇ ਇੱਕ ਦੂਸਰੇ ਨਾਲ ਗੱਲ ਨਹੀਂ ਸੀ ਹੋ ਪਾਉਂਦੀ ਤਾਂ ਮੋਬਾਈਲ ਚਾਰਜਿੰਗ ਲਈ ਵੀ ਦੋ ਤਿੰਨ ਟਰਾਲੀਆਂ ਜਿਹੜੀਆਂ ਉੱਥੇ ਲੱਗੀਆਂ ਹੋਈਆਂ ਜਿਸ ਵਿੱਚ ਕੀ ਪ੍ਰੋਪਰ ਇਲੈਕਟ੍ਰਿਸਿਟੀ ਦਾ ਇੰਤਜ਼ਾਮ ਕੀਤਾ ਹੋਇਆ ਹੈ ਜੇ ਗੱਲ ਕਰੀਏ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਤੋਂ 14 ਸਾਲ ਦੇ ਇੱਕ ਬੱਚੇ ਵੱਲੋਂ ਪਾਵਰ ਬੈਂਕ ਤਿਆਰ ਕੀਤੇ ਜਾ ਰਹੇ ਆ ਜੋ ਕਿਸਾਨੀ ਅੰਦੋਲਨ 'ਚ ਕਿਸਾਨਾਂ ਨੂੰ ਉਹ ਪਾਵਰ ਬੈਂਕ ਦਿੱਤੇ ਜਾਣਗੇ ਤਾਂ ਪਾਵਰ ਬੈਂਕ ਇੱਕਦਮ ਫ੍ਰੀ ਜਿਹੜੇ ਆ ਉਹ ਦਿੱਤੇ ਜਾਣਗੇ ਤਾਂ ਪਾਵਰ ਬੈਂਕ ਜਿਹੜੇ ਤਿਆਰ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਾ ਸਾਨੂੰ ਬੱਚੇ ਦਾ ਕਿ ਜਿਹੜੀਆਂ ਪਾਈਪ ਹੁੰਦੀਆਂ ਐ ਪਾਈਪਾਂ ਨੂੰ ਮੋਲਡ ਕਰਕੇ ਪਾਵਰ ਬੈਂਕ ਜਿਹੜਾ ਐ ਤਿਆਰ ਕੀਤਾ ਜਾ ਰਿਹਾ ਸੋ ਜਗਾੜ ਲਾ ਕੇ ਜਿਹੜੇ ਪਾਵਰ ਬੈਂਕ ਐ ਉਹ ਇਹ ਤਿਆਰ ਕੀਤੇ ਜਾ ਰਹੇ ਕਿਉਂਕਿ ਜਗਾੜ ਲਾਣ ਚ ਪੰਜਾਬੀ ਸਭ ਤੋਂ ਅੱਗੇ ਹੁੰਦੇ ਐ ਸੋ ਬੱਚਾ ਸਾਡੇ ਨਾਲ ਮੌਜੂਦ ਐ ਗੱਲਬਾਤ ਕਰਦੇ ਆ ਬੱਚੇ ਦੇ ਨਾਲ ਬੇਟਾ ਕੀ ਨਾਮ ਤੁਹਾਡਾ ਮੇਰਾ ਨਾਮ ਗੁਜੋ ਸਿੰਘ ਹੈ ਗੁਜੋ ਸਿੰਘ ਜੀ ਕਿੰਨੀ ਉਮਰ ਐ ਤੁਹਾਡੀ ਮੇਰੀ ਉਮਰ 14 ਸਾਲ ਐ 14 ਸਾਲ ਦੀ ਉਮਰ ਚ ਕਿਸ ਤਰ੍ਹਾਂ ਦਿਮਾਗ ਚ ਆਇਆ ਕਿ ਪਾਵਰ ਬੈਂਕ ਤਿਆਰ ਕੀਤੇ ਜਾਣ ਕਿਸਾਨਾਂ ਵਾਸਤੇ ਪਿਛਲੇ ਦਿਨਾਂ ਪੰਜ ਮਹੀਨਿਆਂ ਤੋਂ ਕਿਸਾਨਾਂ ਦਾ ਚੱਲ ਰਿਹਾ ਹੈ ਇਹ ਉਹਨਾਂ ਹਮੇਸ਼ਾ ਜੁੜੇ ਰਹੇ ਆ ਬਿਲਕੁਲ ਮਤਲਬ ਨਗਮ ਬਿਨਾ ਕਰੇ ਜੁੜੇ ਰਹੇ ਆ ਜਦੋਂ ਅੰਮ੍ਰਿਤਸਰ ਟੋਲ ਪਲਾਜ਼ਾ ਵੀ ਜਾਣੇ ਰਹੇ ਆ ਤੇ ਹੁਣ ਫਿਲਹਾਲ ਇਹ ਦਿੱਲੀ ਵੀ ਹੋ ਕੇ ਆਏ ਆ ਤੇ ਉਹਨਾਂ ਨੇ ਵੀ ਵੇਖਿਆ ਕਿ ਉਹਨਾਂ ਨੇ ਉਹ ਲੰਗਰ ਖੁੱਲਾਵਾ ਖਾਣ ਪੀਣ ਦੀ ਕੋਈ ਸਮੱਸਿਆ ਨਹੀਂ ਆ ਪਰ ਸਾਨੂੰ ਉਹਨਾਂ ਨੂੰ ਜਿਹੜੀ ਸਮੱਸਿਆ ਕਨੈਕਟੀਵਿਟੀ ਦੀ ਆ ਫੋਨਿੰਗ ਦੀ ਆ ਕਮਿਊਨੀਕੇਸ਼ਨ ਉਸੇ ਬੜੀ ਗੈਪ ਆ ਤੇ ਆਪਣੇ ਕਰਬਾ ਨਾਲ ਗੱਲ ਨਹੀਂ ਕਰ ਪਾਉਂਦੇ ਇੱਕ ਦੂਜੇ ਨਾਲ ਸੰਪਰਕ ਵੀ ਨਹੀਂ ਕਰ ਪਾਉਂਦੇ ਤੇ ਉੱਥੇ ਜਿਹੜਾ ਟਰਾਲੀਆਂ ਵਿਖੀਆਂ ਵਾ ਕਿ ਉੱਥੇ ਟਰਾਲੀਆਂ ਮੌਜੂਦ ਤੇ ਜਦੋਂ ਕਿਨੇ ਵੀਦੂ ਐਮਰਜੈਂਸੀ 'ਚ ਕਾਲ ਕਰਨੀ ਆ ਤਾਂ ਮੈਨੂੰ ਲੱਗਣਾ ਟ੍ਰੈਵਲ ਨਹੀਂ ਕਰ ਸਕਦਾ ਕਈ ਵਾਰ ਦੂਰ ਹੀ ਹੁੰਦਾ ਵਾ ਆਈ ਮਤਲਬ ਸੋਚਿਆ ਕਿ ਕੋਈ ਪੋਰਟੇਬਲ ਇਨਵੈਂਟ ਕੀਤਾ ਜਾਵੇ ਉਹਨਾਂ ਲਈ ਤੇ ਤਾਂ ਇਹ ਪੋਰਟੇਬਲ ਪਾਵਰ ਬੈਂਕ ਹੀ ਸੋਚਿਆ ਤਾਂ ਪਾਵਰ ਬੈਂਕ ਦਾ ਆਈਡੀਆ ਕਿਸ ਤਰ੍ਹਾਂ ਆਇਆ ਕਿ ਪਾਈਪਾਂ ਨੂੰ ਲੈ ਕੇ ਪਾਵਰ ਬੈਂਕ ਤਿਆਰ ਕੀਤਾ ਜਾਵੇਗਾ ਵੱਖਰਾ ਯੂਨੀਕ ਹੀ ਆਈਡੀਆ ਪਹਿਲੀ ਵਾਰ ਹੀ ਦੇਖਿਆ ਕਿ ਪਾਈਪ ਦਾ ਮੋਲਡ ਕਰਕੇ ਪਾਵਰ ਬੈਂਕ ਤਿਆਰ ਕੀਤਾ ਗਿਆ ਆਈ ਬਿਲੋ ਵੀ ਸੋਚਿਆ ਕਿ ਵੁੱਡਨ ਦਾ ਕਰਦੀ ਹੈ ਪਾਵਰ ਬੈਂਕ ਉਹ ਵੀ ਈਜ਼ੀ ਹੈ ਵੁੱਡ ਅਵੇਲੇਬਲ ਬਟ ਫਿਰ ਇਹ ਸੋਚਿਆ ਕਿ ਜੇ ਤਾਂ ਸਦਾ ਬਾਹਰ ਨਹੀਂ ਹੋ ਸਕਦਾ ਉਹ ਪਾਣੀ ਨਾਲ ਦੇ ਖ 이지 투 벤ਡ ਨਹੀਂ ਹੋਣਾ ਹੈ ਤੇ ਉਹ ਇਨਸੂਲੇਟ ਵੀ ਨਹੀਂ ਹੋਣਾ ਹੈ ਹਟ ਕੋ ਉਹ ਮਤਲਬ ਸ਼ੌਕ ਪ੍ਰੂਫ ਵੀ ਨਹੀਂ ਹੋਣਾ ਹੈ ਬਹੁਤ ਰਿਸਕੀ ਵੀ ਹੀ ਹੋ ਤੇ ਜੇ ਸਤੋ ਬੈਸਟ ਲੱਗਾ ਫੋਰਡੇਬਲ ਲੱਗਾ ਹੋਗਾ ਪੀਵੀਸੀ ਪਾਈਪ ਦੇ ਕਿ ਮੋਲਡੀ ਹੋ ਸਕਦੀ ਆ ਸਦਾ ਬਾਹਰ ਵੀ ਆ ਵਾਟਰ ਪ੍ਰੂਫ ਵੀ ਆ ਸ਼ੌਕ ਪ੍ਰੂਫ ਵੀ ਆ ਤੇ ਦੇ ਫਲੈਕਸਿਬਲ ਵੀ ਆ ਦੇ ਦੋ ਮਤਲਬ ਗਿਰੂਗਾ ਕਿ ਕੋ ਬ੍ਰੇਕ ਵੀ ਨਹੀਂ इजीली ਹੋਗਾ ਆਈਡੀਆ ਕਿਨੇ ਦਿੱਤਾ ਪਾਈਪਾਂ ਨੂੰ ਪਾਵਰ ਬੈਂਕ ਬਣਾਉਂ ਉਹ ਹੀ ਦੇ ਦੋ ਪਹਿਲਾਂ ਮੈਂ ਲੋ ਸੋਚਿਆ ਦਿੱਦਾ ਲੱਕੜ ਦਾ ਮੈਲਟ ਦਾ ਆਪੇ ਸੋਚਿਆ ਕਿ ਫੈਮਿਲੀ ਨੂੰ ਨਾ ਆਪੇ ਸੋਚਿਆ ਪਾਈਪ ਦਾ ਮੇਨ ਆਈਡੀਆ ਕਿਸ ਤਰ੍ਹਾਂ ਹੈ ਕਿ ਪਾਵਰ ਬੈਂਕ ਕੀ ਕਿਸਾਨਾਂ ਨੂੰ ਦਿੱਤੇ ਜਾਣ ਕਿਉਂਕਿ ਅਗਰ ਦਿੱਲੀ ਬਾਰਡਰ ਤੇ ਝਾਤ ਪਾਈ ਹੈ ਤਾਂ ਉੱਥੇ ਟਰਾਲੀਜ਼ ਵੀ ਲੱਗੀਆਂ ਹੋਈਆਂ ਜੇ ਕੋਈ ਆਪਣੀ ਪਿੰਡੋਂ ਟਰਾਲੀ ਲੈ ਕੇ ਜਾਂਦਾ ਤਾਂ ਉਹ ਵੀ ਇੱਕ ਸੋਲਰ ਸਿਸਟਮ ਛੋਟਾ ਜਿਹਾ ਟਰਾਲੀ 'ਚ ਲਗਾਇਆ ਹੁੰਦਾ ਜਿਸ ਦੇ ਨਾਲ ਮੋਬਾਈਲ ਚਾਰਜਿੰਗ ਕਰਨ ਲਈ ਉਹਨਾਂ ਨੂੰ ਸਾਰਾ ਰੇਜ਼ਰਮੈਂਟ ਕੀਤਾ ਹੁੰਦਾ ਅਗਰ ਆਪਾਂ ਸਿੰਘੂ ਬਾਰਡਰ ਤੇ ਝਾਤ ਪਾਈ ਹਤਾ ਪਾਰਕਰ ਮਾਲ ਦੇ ਲਾਗੇ ਤਿੰਨ ਟਰਾਲੀਆਂ ਜਿਹੀਆਂ ਖੜੀਆਂ ਜਿੰਨਾਂ ਚ ਇਲੈਕਟ੍ਰਿਸਿਟੀ ਦਾ ਪੂਰਾ ਪ੍ਰਬੰਧ ਹੈ ਤੇ ਜਿਹੜਾ ਮਰਜ਼ੀ ਜਾ ਕੇ ਉੱਥੇ ਮੋਬਾਈਲ ਚਾਰਜ ਕਰ ਲੇ ਫਿਰ ਕਿਸ ਤਰ੍ਹਾਂ ਆਈਡੀਆ ਆਇਆ ਕਿ ਕਿਸਾਨਾਂ ਨੂੰ ਪਾਵਰ ਬੈਂਕ ਦੀ ਕਮੀ ਹੋ ਸਕਦੀ ਉੱਥੇ ਬਟ ਉਹਦੇ ਦਾ ਲਿਮਿਟ ਚ ਆ ਟਰਾਲੀ ਵਿੱਚ ਵੀ ਵੇਖ ਲਈ ਵਾਤ ਤੋਂ ਬਟ ਮਤਲਬ 300 ਚਾਰਜਰ ਹੋਣਗੇ ਜੇ ਵਤੋਂ ਲਗਾ ਵੀ ਲਈਏ ਬਟ ਜਿਹੜੇ ਕਿਸਾਨ ਹੈ ਉਹ ਲੱਖ ਦੇ ਸਦਾਤ ਉੱਜ ਗਿਆ ਕੋਈ ਮਤਲਬ ਇਹਨਾ ਫੋਨ ਐਮਰਜੈਂਸੀ ਤੇ ਨਹੀਂ ਕਰ ਸਕਦਾ ਜਿੱਦਾਂ ਪਲੱਗ ਇਨ ਕਰਕੇ ਉੱਥੇ ਖਲੋਕੇ ਜਦਨ ਮਾਰਕੀਟ ਚ ਵੇਖਿਆ ਕਿ ਪੋਰਟੇਬਲ ਅਵੇਲੇਬਲ ਆ ਇਹਨੂੰ ਸਲਾਹ ਵੀ ਦਿੱਤੀ ਕਿ ਇਹ ਲੈ ਲੋ ਚਾਰਜਰ ਪਰ ਉਹ ਜਦ ਤਾਂ ਐਕਸਪੈਂਸਿਵ ਆ ਪੋਸੀਬਲ ਨਹੀਂ ਆ ਕਿ ਸਭ ਉਹ ਲੈ ਲੈਣ ਤੇ ਹੋਈ ਸੋਚਿਆ ਕਿ ਫੋਰਡੇਬਲ ਕਿਤਾ ਪ੍ਰੋਵਾਈਡ ਕਰਦਾ ਆ ਵੇ ਦੇਖ ਪੋਰਟੇਬਲ ਸੇਮ ਪਾਵਰ ਬੈਂਕ ਆ ਤੇ ਦੇ ਦੋ ਇਹਦਾ ਸਰਚ ਕੀਤਾ ਆਨਲਾਈਨ ਇਹ ਵੇਖਿਆ ਤੇ ਲਿਥੀਅਮ ਆ ਬੈਟਰੀਜ਼ ਉਸ ਹੁੰਦੀ ਆ ਤੇ ਹੁੰਦੇ ਨੇ ਲੇਟੈਸਟ ਟੈਕਨੋਲੋਜੀ ਦੇ ਪਾਵਰ ਬੈਂਕ ਆਉਂਦੇ ਉਹਦੇ ਅੰਦਰ ਕੀ ਯੂਜ਼ ਕੀ ਹੁੰਦੀ ਆ ਲਿਥੀਅਮ ਪੋਲੀਮਰ ਬੈਟਰੀਜ਼ ਉਹਨਾਂ ਦਾ ਮਿਥ ਵੇ ਚੈੱਕ ਉਹਨਾਂ ਮੰਨਿਆ ਹੁੰਦਾ ਕਿ ਉਹਦੀ ਡੈਂਸਿਟੀ ਵੇੜੀ ਕੱਟਿਆ ਉਹਦੀ ਮਤਲਬ ਜਿਹੜ ਓਲਟ ਟੈਕਨੋਲੋਜੀ ਲੇਥੀਮੈਨ ਉਹ ਹੀ ਉਹਨਾਂ ਨੂੰ ਦੇਣੀ ਆ ਜਿਹੜੇ ਪਾਸ ਟੈਕਨੋਲੋਜੀ ਆ ਤਾਂ ਐਵੇਂ ਉਹਦਾ ਬਣਾਇਆ ਜਦੋਂ ਪਾਵਰ ਬੈਂਕ ਬਣਾਉਣੇ ਸ਼ੁਰੂ ਕੀਤੇ ਤੇ ਹੁਣ ਤੱਕ ਅਗਰ ਕਿੰਨੇ ਬਣਾ ਕੇ ਕਿਸਾਨਾਂ ਨੂੰ ਦੇ ਚੁੱਕੇ ਤੇ ਅੱਗੋਂ ਕੀ ਟਿੱਚਾ ਇਹ ਮਤਲਬ ਜਿਹੜਾ ਫਿਲਹਾਲ ਹੀ ਬਣਾਉਣੇ ਸ਼ੁਰੂ ਕੀਤੇ ਆ ਪਿਛਲੇ ਮਹੀਨੇ ਤੋਂ ਹੀ ਸਟਾਰਟ ਕੀਤੇ ਪਹਿਲੇ ਐਕਸਪੈਰੀਮੈਂਟ ਹੀ ਦਾ ਇੱਕ ਹਫ਼ਤਾ ਨੂੰ ਲੱਗਾ ਇੱਕ ਪੀਸ ਬਣਾਉਣ ਚ ਫਿਰ ਜਿਹੜਾ ਟੈਸਟਿੰਗ ਵੀ ਹੋਈ ਆ ਹੁਣ ਨਹੀਂ ਮਤਲਬ ਦੋ ਤਿੰਨ ਪਰਮੈਂਗ ਇੱਕ ਦਿਨ ਚ ਬਣਾ ਲੈਨੇ ਆ ਤੇ ਕਿਸਾਨਾਂ ਨੂੰ ਬਰੇ ਪ੍ਰੋਵਾਈਡ ਕੀਤੇ ਗਏ ਦਿੱਲੀ ਵੀ ਗਏ ਆ ਤਾਂ ਇੱਥੋਂ ਜਿਹੜੇ ਟਰਾਲੇ ਤੁਰਦੀ ਆ ਅੰਮ੍ਰ ਜਦੋਂ ਪਾਵਰ ਬੈਂਕ ਬਣਾਉਣੇ ਸ਼ੁਰੂ ਕੀਤੇ ਪਰਿਵਾਰ ਚੋਂ ਕਿਦਾਂ ਦਾ ਸਹਿਯੋਗ ਰਿਹਾ ਮੰਮੀ ਪਾਪਾ ਦਾ ਭੈਣ ਭਰਾ ਦਾ ਹੋਰ ਫੈਮਿਲੀ ਦਾ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਨਾਲ ਆ ਕੇ ਹੈਲਪ ਕਰਦੇ ਆ ਜਾਂ ਪਹਿਲੇ ਮਨਾਂ ਕੀਤਾ ਕਿ ਨਹੀਂ ਬਣਾਣੇ ਰਹਿਣ ਦੋ ਕਿਹੜੇ ਚੱਕਰ ਚ ਪੈਣਾ ਸਭ ਨੂੰ ਬਹੁਤ ਖੁਸ਼ੀ ਹੋਈ ਕਿਸਾਨ ਨੂੰ ਜਿਵੇਂ ਕੋ ਸੋਚਿਆ ਕਿ ਕਿਦਾਂ ਯੋਗਦਾਨ ਕਰ ਆਪਣੇ ਕਿਦ ਐਜੂਕੇਸ਼ਨ ਤੇ ਇੰਪਲੀਮੈਂਟ ਕਰਾ ਜੇ ਸਭ ਨੇ ਸਪੋਰਟ ਕੀਤਾ ਸਭ ਦਾ ਹੈਂਡ ਟੂ ਹੈਂਡ ਸਪੋਰਟ ਹੀ ਕਿਹਾ ਨੇ ਮਤਲਬ ਪਾਈਪ ਕੱਟਦੀ ਕਿ ਨੇ ਵੈਲਡਿੰਗ ਕਰਦੀ ਸਭ ਨੇ ਆਈਡੀਆ ਦਿੱਤਾ ਕਿ ਫਿਕਸ ਕਿਦਾਂ ਕਰੀਏ ਮਤਲਬ ਸਟਾਰਟਿੰਗ ਤੇ ਹੁੰਦੇ ਹੀ ਆ ਕਿ ਸੋਚਣਾ ਪਿੰਡ ਦਾ ਜੁਗਾਰ ਸੇ ਸਭ ਦਾ ਸਪੋਰਟੀ ਜਿਹੜੇ ਫਾਈਨੈਂਸ਼ੀਅਲ ਸਪੋਰਟੀ ਦਿਨਾਰੇ ਲੈ ਕੇ ਦਿੱਤਾ ਮੈਨੂੰ ਸਭਾ ਨੂੰ ਮੇਰੇ ਪਾਪਾ ਨੇ ਕੀਤੀ ਹੈ ਤਾਂ ਜਿਹੜੀ ਫਾਈਨੈਂਸ਼ਲੀ ਸਪੋਰਟ ਪਾਪਾ ਨੇ ਕੀਤੀ ਲੇਕਿਨ ਪਹਿਲੇ ਮਨਾ ਨਹੀਂ ਕੀਤਾ ਕਿ ਰਹਿਣ ਦੇ ਜਾਂ ਆਪਣੇ ਆਪ ਹੀ ਤੁਸੀਂ ਤਿਆਰ ਕੀਤਾ ਉਸ ਤੋਂ ਬਾਅਦ ਪਾਪਾ ਨੇ ਮਦਦ ਕੀਤੀ ਕਿ ਪਹਿਲਾਂ ਜੀ ਤੁਸੀਂ ਪਾਪਾ ਨੂੰ ਕਿਹਾ ਕਿ ਮੈਂ ਪਾਵਰ ਬੈਂਕ ਬਣਾਉਣਾ ਚਾਹੁੰਦਾ ਤਾਂ ਉਹਨਾਂ ਨੇ ਕਿਹਾ ਤਾਂ ਵੀ ਲੈ ਪੈਸੇ ਤੇ ਬਣਾ ਲੈ ਇਹਦਾ ਆਈਡੀਆ ਉਹਨੂੰ ਉਹਦੇ ਉਹ ਦਿੱਲੀ ਚ ਲੋਟੰਡੇ ਹੈ ਸਿੰਗੂ ਬਟਾ ਜੋ ਅੰਡੇ ਹੈ ਤੁਮਨ ਬਹੁਤ ਸਾਰੇ ਆਈਡੀਆ ਜਿਨੂੰ ਸੋਲਰ ਇਥੇ ਕਾਦੀ ਹੈ ਇਹ ਸੋਲਰ ਉਹ ਬੈਟਰੀ ਚਾਰਜ ਕਰੀ ਤੇ ਸਾਰੇ ਉਹ ਚਾਰਜ ਕਰ ਲੈਣ ਬੜੋ ਵੀ ਪੋਸੀਬਲ ਨਹੀਂ ਬੜੇ ਨੇ ਆਈਡੀਆ ਦਿੱਤੇ ਤੇ ਦੋ ਤਿੰਨ ਦਿਨ ਵੇਖਿਆ ਇਹਨਾਂ ਨੇ ਕੁਝ ਕੀਤਾ ਨਹੀਂ ਕੁਛ ਉਹ ਸਟੈਪ 2 ਨਹੀਂ ਕੀਤਾ ਤੇ ਮੈਂ ਫਿਰ ਆਪਣੇ ਜਿਹੜੇ ਪਿਗੀ ਬੈਂਕ ਤੇ ਉਹਨਾਂ ਨੂੰ ਬਲੂਪ੍ਰਿੰਟ ਕੱਢ ਕੇ ਦਿੱਤਾ ਕਿ ਕਿਹੜੇ ਕਿਹੜੇ ਉਹਦੇ ਲੱਗਦੇ ਇਹਦੇ ਮਟੀਰੀਅਲ ਫਿਰ ਇਹਨਾਂ ਨੂੰ ਮਤਲਬ ਆਪਣੇ ਦੇਤੀ ਆਪਣੇ ਦੇ ਪਿਗੀ ਬੈਂਕ ਕੀ ਤੇ ਬੋਲੇ ਕਿ ਪਹਿਲਾਂ ਮੈਂ ਇਹਨਾਂ ਨੂੰ ਐਕਸਪੀਰੀਮੈਂਟ ਕਰਕੇ ਤੇ ਵਿਖਾਵਾਂ ਇੱਕ ਪੀਸ ਨੂੰ ਫਾਈਨਲ ਕਰਕੇ ਵਿਖਾਵਾਂ ਤੇ ਈਵਨ ਉਹ ਚੈੱਕ ਕਰੋ ਤੇ ਫਿਰ ਇਹਨਾਂ ਨੂੰ ਬੜੀ ਖੁਸ਼ੀ ਹੋ ਗਈ ਮੈਂ ਕਿਸਾਨਾਂ ਨੂੰ ਕਿੱਦਾਂ ਕਰਕੇ ਯੋਗਦਾਨ ਕਰਨਾ ਚਾਹੁੰਦਾ ਤੋ ਤੋ ਅਗੇ ਨਾ ਨਵੇਂ ਫਾਈਨੈਂਸ਼ੀਅਲ ਸਪੋਰਟ ਕੀਤੀ ਬੜੀ ਹੁਣ ਫਿਰ ਬਣਾਏ ਜਾ ਰਹੇ ਲਗਾਤਾਰ ਹੀ ਹਾਂ ਜਿਹਨ ਲਗਾਤਾਰ ਬਣਾਏ ਜਾ ਰਹੇ ਬੜੇ ਪੰਜਾਬੀ ਚੱਕੇ ਆਏ ਕਿਸਾਨਾਂ ਨੂੰ ਜਿਹੜਾ ਪਿਗੀ ਬੈਂਕ ਤੋੜ ਕੇ ਬੱਚੇ ਵੱਲੋਂ ਜਿਹੜਾ ਪਹਿਲਾ ਪਾਵਰ ਬੈਂਕ ਸੈਂਪਲ ਤਿਆਰ ਕਰਕੇ ਘਰਦਿਆਂ ਨੂੰ ਦਿਖਾਇਆ ਗਿਆ ਤਾਂ ਫਿਰ ਘਰਦਿਆਂ ਦੇ ਅੱਗੋਂ ਪਰਮਿਸ਼ਨ ਦਿੱਤੀ ਕਿ ਚਲੋ ਹੁਣ ਪਾਵਰ ਬੈਂਕ ਬਣਾਏ ਜਾਣ ਬੱਚੇ ਦੇ ਫਾਦਰ ਸਾਹਿਬ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ ਜੀ ਮੇਰਾ ਨਾਮ ਰੋਸ਼ਨ ਸਿੰਘ ਹੈ ਜੀ ਰੋਸ਼ਨ ਸਿੰਘ ਜੀ ਪਹਿਲੇ ਬੱਚੇ ਨੇ ਜਿਸ ਤਰ੍ਹਾਂ ਕੀ ਇੱਕ ਵਪਾਰੀ ਪਹਿਲਾ ਸੈਂਪਲ ਦਿਖਾ ਕੇ ਆਉਂਦਾ ਨਾ ਅੱਗੇ ਕੀ ਸਮਾਨ ਪਹਿਲੇ ਬੱਚੇ ਨੇ ਆਪਣਾ ਪਿਗੀ ਬੈਂਕ ਤੋੜ ਕੇ ਇਹ ਪੈਸੇ ਇਕੱਠੇ ਕਰਕੇ ਪਾਵਰ ਬੈਂਕ ਬਣਾ ਕੇ ਪਹਿਲੇ ਤੁਹਾਨੂੰ ਸੈਂਪਲ ਚੈੱਕ ਕਰਾਇਆ ਤੁਹਾਨੂੰ ਠੀਕ ਲੱਗਾ ਫਿਰ ਅੱਗੋਂ ਪਰਮਿਸ਼ਨ ਦਿੱਤੀ ਕੀ ਹੋਇਆ ਹਾਂਜੀ ਹਾਂਜੀ ਵਿਜ਼ਨ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਹੜਾ ਇਹਨੇ ਕਿਹਾ ਨਾ ਇਹਨੇ ਉਹ ਇਹਨੇ ਪਿਗੀ ਬੈਂਕ ਤੋੜ ਕੇ ਇਹਦਾ ਇਹਦਾ ਆਪਣੇ ਆਪ ਨੂੰ ਮੈਂ ਕਹਿੰਦਾ ਕੀ ਮਤਲਬ ਹੈ ਕਿ ਗਾਰੰਟੀ ਮੇਰੀ ਹੈ ਕਿ ਜੇ ਨੁਕਸਾਨ ਹੋਗਾ ਤੇ ਪਾਪਾ ਮੇਰਾ ਹੋਗਾ ਕਿ ਕਿ ਜਿਹੜੇ ਮੇਰੀ ਸੇਵਿੰਗ ਚ ਜਾਊਗਾ ਤੁਹਾਡਾ ਕੋਈ ਨਹੀਂ ਉਹ ਇਹਦਾ ਇਹਦਾ ਕਹਿਣ ਦਾ ਉਹ ਭਾਵੇਂ ਔਰ ਜੀ ਫਿਰ ਦਿਲ ਨੂੰ ਲੱਗੀ ਗੱਲ ਕਿ ਇਹਨੇ ਇਹਨੇ ਆਪਣਾ ਇਹਨਾਂ ਦਾ ਵੱਲੋਂ ਰਿਸਕ ਲੈ ਕੇ ਨੇ ਤੇ ਬੱਚਿਆਂ ਨੂੰ ਬਹੁਤ ਪਿਆਰ ਹੁੰਦਾ ਉਹ ਚੀਜ਼ਾਂ ਨਾਲ ਕਿ ਚਲੋ ਆਪਣੇ ਕੋਈ ਨਾ ਕੋਈ ਚੀਜ਼ ਦੀ ਰੱਖੀ ਹੁੰਦੇ ਬੱਚਿਆਂ ਨੇ ਵੈਸੇ ਤੇ ਉਹਦੇ ਨਾਲ ਫਿਰ ਉਹਦੋਂ ਤੋਂ ਆਪਾਂ ਤੁਰ ਪਏ ਉਹਦੋਂ ਤੋਂ ਆਪਾਂ ਪਿੱਛੇ ਮੁੜ ਕੇ ਨਹੀਂ ਦੇਖਿਆ ਬਹੁਤ ਖੁਸ਼ੀ ਕਿ ਨਹੀਂ ਕਮੀਲੀ ਪਾਵਰ ਬੈਂਕਾਂ ਕਿਸਾਨਾਂ ਲਈ ਤਿਆਰ ਕਰਨ ਲਈ ਕਿਉਂਕਿ ਕਿਸਾਨੀ ਅੰਦੋਲਨ ਚ ਹਰ ਇੱਕ ਵਰਗ ਦਾ ਇਨਸਾਨ ਆਪਣਾ ਸਹਿਯੋਗ ਜਿਹੜਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਚਾਹੇ ਕਿਸੇ ਤਰ੍ਹਾਂ ਵੀ ਸਹਿਯੋਗ ਹੋਵੇ ਤਾਂ ਕਿਸ ਤਰ੍ਹਾਂ ਕਿੰਨੀ ਕ ਖੁਸ਼ੀ ਮਿਲੀ ਜਦੋਂ ਬੱਚੇ ਨੇ ਪਾਵਰ ਬੈਂਕ ਤਿਆਰ ਕੀਤੇ ਬਹੁਤ ਵਧੀਆ ਜਿਹੜੇ ਜਿਹੜੇ ਲੋਕ ਜੁੜੇ ਨੇ ਜਿਹੜੇ ਕਈ ਐਨ ਜੀਓ ਜੁੜੇ ਨੇ ਦੇਸ਼ਾਂ ਵਿਦੇਸ਼ਾਂ ਦੇ ਲੋਕ ਕਰ ਰਹੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਅਸੀਂ ਜਿਹੜੀ ਉਹਨਾਂ ਦੇ ਦੇ ਸਕਦੇ ਫਿਰ ਅਸੀਂ ਜੋ ਘਰ ਆ ਕੇ ਸੋਚਦੇ ਹਾਂ ਆਪਣੇ ਆਪ ਦੇ ਬਾਰੇ ਸੋਚਦੇ ਸੀ ਅਸੀਂ ਕੀ ਕੀਤਾ ਔਰ ਅਸੀਂ ਤੇ ਖਬਰਾਂ ਪੜਦੇ ਆ ਉਹਨਾਂ ਦੇ ਕਮੈਂਟ ਵੀ ਰਹੇਗੀ ਕਿਤੇ ਤੇ ਫਿਰ ਉਹ ਕਿਤੇ ਨਾ ਕਿਤੇ ਇਹਦੇ ਇਹਦੇ ਅੰਦਰ ਗੱਲ ਹੈਗੀ ਕਿ ਅਸੀਂ ਕੁਝ ਕਰਕੇ ਦਿਖਾਈਏ ਕਿ ਆਉਟਸਟੈਂਡਿੰਗ ਕੁਝ ਕਰੀਏ ਕਿ ਸਿਰਫ ਬੋਲਣਾ ਕੁਝ ਨਹੀਂ ਹੋਣਾ ਕਿ ਕਰਕੇ ਦਿਖਾਈਏ ਤੇ ਬਹੁਤ ਵਧੀਆ ਲੱਗਾ ਕਿ ਜਿਹੜਾ ਅਸੀਂ ਪ੍ਰੈਕਟੀਕਲ ਲੈਵਲ ਤੇ ਮਤਲਬ ਉਹਨਾਂ ਆਸੇ ਕੁਝ ਕਰ ਸਕਦੇ ਤੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦੇ ਕਿ ਉਹਨੇ ਇਹਨਾਂ ਜੋਗਾ ਬਣਾਇਆ ਕਿਸੇ ਕੁਝ ਇਹ ਕਰ ਸਕਦੇ ਆ ਸਰਪੰਚ ਸਿੰਘ ਜੀ ਅਗਰ ਗੱਲ ਕਰੀਏ ਪੈਸਿਆਂ ਦੀ ਤਾਂ ਕਿਸੇ ਨੇ ਸਪੋਰਟ ਵੀ ਸਪੋਰਟ ਵੀ ਕੀਤੀ ਹੈ ਪੈਸਿਆਂ ਲਈ ਪਾਵਰ ਬੈਂਕ ਲਈ ਜਾਂ ਆਪਣੀ ਕਿਰਤ ਕਮਾਈ ਦੇ ਵਿੱਚੋਂ ਇਹ ਦਸਵੰਤ ਕੱਢ ਕੇ ਬਣਾਏ ਜਾ ਰਹੇ ਨਹੀਂ ਇਹ ਪੂਰੀ ਤਰ੍ਹਾਂ ਆਪਣੇ ਦਸਵੰਤੋਂ ਬਣਾ ਰਹੇ ਤੇ ਆਪਣੇ ਕਿਰਤ ਕਮਾਈ ਚੋਂ ਬਣਾ ਰਹੇ ਕਿਉਂਕਿ ਵੇਖੋ ਇਹਨੂੰ ਕੋਈ ਇਹਨੂੰ ਸ਼ੌਂਕ ਨਹੀਂ ਹੈਗਾ ਜਿੱਦਾਂ ਲੋਹੜੀ ਦੇ ਗੁੱਡੇ ਡੋਣੇ ਜਾਂ ਦਵਾਲੀ ਦੇ ਪਟਾਕੇ ਲੈਣੇ ਹੈ ਜਾਂ ਕੋਈ ਇਹਨੂੰ ਸ਼ੌਂਕ ਨਹੀਂ ਹੈਗਾ ਨਾ ਹੀ ਇਹ ਘਰ 'ਚ ਕਿਸੇ ਨੂੰ ਹੈਗਾ ਕਿ ਮਾਲ ਜਾਣਾ ਬਾਹਰੋਂ ਆਊਟਿੰਗ ਕਰਨੀ ਆ ਜਾਂ ਫਾਸਟ ਫੂਡ ਖਾਣ ਬਾਹਰ ਜਾਣਾ ਕੋਈ ਵੀ ਤੇ ਉਹ ਕਲੈਕਟਿਵਲੀ ਕਿਤੇ ਹੱਡ ਜਿਹੜੇ ਫੰਡ ਥੋੜੇ-ਬਹੁਤ ਹੁੰਦੇ ਆ ਕੁਛ ਆਪਣੀ ਜਿਹੜੀ ਮੇਰੀ ਸੇਵਿੰਗ ਹੁੰਦੀ ਆ ਉਹ ਚੋਂ ਕਰਕੇ ਉਹ ਚੋਂ ਹੀ ਚਾਲੂ ਕੀਤਾ ਏ ਪਹਿਲਾਂ ਬੱਚੇ ਨੂੰ ਇਲੈਕਟ੍ਰਿਸਿਟੀ ਦਾ ਕਿਤੇ ਕੰਮ ਸਿਖਾਇਆ ਗਿਆ ਹੈ ਜਾਂ ਪਹਿਲਾਂ ਟ੍ਰੈਲ ਹੀ ਪਾਸ ਹੋ ਗਿਆ ਨਹੀਂ ਨਹੀਂ ਕਿਤੇ ਨਹੀਂ ਸਿਖਾਇਆ ਇਹਨੇ ਇੱਕ ਹੀ ਕਰ ਉਹ ਕੀ ਕਰ ਇੱਕ ਹੀ ਕਰਦਾ ਜੇ ਦੋਈ ਦੀ ਕੋ ਰਿਮੋਟ ਵਾਲੀ ਕਾਰ ਖਰਾਬ ਹੋ ਜਾਂਦੀ ਸੀ ਜਾਂ ਕੁਝ ਤੇ ਇਹ ਉਹਨੂੰ ਖੋਲ ਕੇ ਦੇਖਦਾ ਸੀ ਕਿ ਰੋਕਿਓ ਗਈ ਚਲਦੀ ਚਲਦੀ ਬੰਦ ਕਿ ਹੋ ਗਈ ਹੈ ਇਹ ਕਈ ਵਾਰ ਰਾਤ ਨੂੰ ਦੋਏ ਰਾਤ ਬੈਹਨਦਾ ਹੁੰਦੇ ਪੇਚਕਸ ਲੈ ਕੇ ਉੱਥੇ ਜਦੋਂ ਬੰਗਲੌਰ ਇੰਨੇ ਸੀ ਸੀ ਉਦੋਂ ਤੇ ਇਹਨੂੰ ਸਾਰੇ ਗਲੀ ਵਾਲੇ ਬੱਚੇ ਜਾਣਦੇ ਕੋਈ ਉਹਨਾਂ ਦਾ ਖਿਡਾਉਣਾ ਖਰਾਬ ਹੋ ਜਾਂਦਾ ਤੇ ਇਹਦੇ ਕੋਲ ਲੈ ਕੇ ਆਉਂਦੇ ਕਿ ਹਮਾਰਾ ਚੈੱਕ ਕਰ ਦਿਓ ਹਮਾਰਾ ਖਿਡੌਣਾ ਚੈੱਕ ਕਰ ਦਿਓ ਇਦਾਂ ਕਰਕੇ ਉਦੋਂ ਤੇ ਉਹਨੂੰ ਆਦਤ ਹੈ ਕਿ ਬਿਹਾਈਂਡ ਦ ਫੀਮਲ ਅੰਦਰ ਕੋ ਵੇਖਾਉਂਦੇ ਅੰਦਰ ਕੀ ਹੈ ਕਿ ਤੁਹਾਨੂੰ ਨੇ ਇਸਾਈ ਕਰਦਾ ਕਰਦਾ ਜੇ ਕਿਸਾਨਾਂ ਵਾਸਤੇ ਇਨਾ ਵੱਡਾ ਕੰਮ ਕਰ ਗਿਆ ਹਾਂਜੀ ਹਾਂਜੀ ਤੇ ਉਹ ਮਤਲਬ ਇਹਦਾ ਟੈਕਨੀਕਲ ਜਿਹੜਾ ਪੇਚ ਕਰ ਨੂੰ ਜਿਹੜਾ ਪਹਿਲੇ ਪੇਚ ਕਰ ਖੋਲਣ ਦੀ ਸੀ ਰੁਜਾਤੀ ਕਿ ਸਕਰੂ ਗੇ ਦਾ ਖੋਲਣਾ ਹੁਣ ਪਤਾ ਲੱਗਿਆ ਕਿ ਉਹਨੂੰ ਫਿੱਟ ਕਿਦਾਂ ਕਰਨਾ ਅੰਦਰ ਤੇ ਬਹੁਤ ਵਧੀਆ ਚੀਜ਼ ਹੈ ਹਾਂਜੀ ਕਿ ਜਿਹੜਾ ਕੋਈ ਇਹ ਕੁਝ ਕਰ ਸਕਣ ਨੇ ਤੇ ਅੱਗੇ ਵੀ ਇਹਦਾ ਹੋਰ ਪਲਾਨਸ ਇਹਦੇ ਹੈਗੇ ਆ ਜਿੱਦਾਂ ਸੋਲਰ ਕੁੱਕਰ ਤਾਂ ਦੱਸਿਆ ਕਿ ਸੋਲਰ ਕੁੱਕਰ ਵਾਲਾ ਕੰਮ ਹੀ ਕਰਾਂਗੇ ਤੇ ਹੁਣ ਜਿਹਦਾ ਪੈਟਰੋਲ ਦੀ ਕੀਮਤਾਂ ਵਧ ਰਹੀਆਂ ਪੈਟਰੋਲ ਦਾ ਅਲਟਰਨੇਟਿਵ ਲੱਭਣ ਦੇ ਆਏ ਉਹ ਵੀ ਮਹੀਨੇ ਚ ਆ ਜਾਊਗਾ ਤੁਹਾਡਾ ਪ੍ਰੋਗਰਾਮ ਸਾਰ ਜਾਂ ਜਿਹੜੇ ਪਾਵਰ ਬੈਂਕ ਕਿੰਨੀ ਤਰੀਕ ਤੱਕ تیار ਕੀਤੇ ਜਾ ਰਹੇ ਆ ਲਾਸਟ ਕਿਦੋਂ ਤੱਕ ਕਰ ਕੀਤੇ ਜਾਣਗੇ ਜਾਂ ਜਿੰਨੀ ਚੱਟ ਤੱਕ ਅੰਦੋਲਨ ਚੱਲਦਾ ਕੀਤੇ ਜਾ ਰਹੇ ਨਹੀਂ ਸਾਡਾ ਕੋਈ ਵੇਖੋ ਜੀ ਉਹ ਜਾਨੀ ਆ ਕਿ ਅਸੀਂ ਬਈ ਖਤ ਲਾਇਆ ਕਿ ਅਸੀਂ ਉਹ ਨਹੀਂ ਕਰਨੀ ਸੇਵਾ ਕੋਈ ਇਹ ਸੇਵਾ ਜਿਹੜੀ ਹੁੰਦੀ ਹੈ ਨਿਸ਼ਕਾਮ ਸੇਵਾ ਹੁੰਦੀ ਆ ਇੱਚ ਕੋਈ ਉਹ ਨਹੀਂ ਵੇਖਿਆ ਜਾਂਦਾ ਲਿਮਟ ਨਹੀਂ ਦੇਖੀ ਜਾਂਦੀ ਪੈਸਿਆਂ ਦੀ ਨਾ ਤੇ ਇਹਦੀ ਕੋਈ ਆਪਣਾ ਟਾਈਮ ਬਾਉਂਡ ਕੰਮ ਨਹੀਂ ਆ ਕਿਉਂਕਿ ਜਦੋਂ ਕਿਸਾਨ ਆਪਣੀ ਖੇਤੀ ਕਰਦਾ ਕੋਈ ਜਾਂਦਾ ਉਹ ਕੋਈ ਨਹੀਂ ਵੇਖਦਾ ਕਿ ਬਾਰਿਸ਼ ਹੋਣ ਦੀ ਤੂਫਾਨ ਹੋਣ ਰਿਹਾ ਜਾਂ ਗੱਲੇ ਪੈ ਕੇ ਕੁਝ ਵੀ ਉਹਦੀ ਲੋਟਰੀ ਹੁੰਦੀ ਕਿਸਾਨ ਜੀ ਜਦੋਂ ਆਪਣਾ ਕਰਦਾ ਮਿਹਨਤ ਕਰਦਾ ਜਦੋਂ 6 ਮਹੀਨੇ ਮਿਹਨਤ ਕਰਦਾ ਫਸਲ ਬੀਜਦਾ ਉਹਦੀ ਲੋਟਰੀ ਕਰਕੇ ਜਾਂਦਾ ਉਹ ਨਹੀਂ ਵੇਖਦਾ ਕਿ ਮੇਰਾ ਫਾਇਦਾ ਕਿ ਨੁਕਸਾਨ ਹੈ ਤੇ ਅਸੀਂ ਜਦੋਂ ਸਾਨੂੰ ਹੁਣ ਮੌਕਾ ਮਿਲਿਆ ਕੁਝ ਗਿਵ ਬੈਕ ਦੇਣ ਦਾ ਕੁਝ ਉਹਨਾਂ ਨੂੰ ਤੇ ਅਸੀਂ ਵੀ ਸਾਨੂੰ ਨਹੀਂ ਵੇਖਣਾ ਚਾਹੀਦਾ ਕਿ ਇਹ ਤੁਹਾਡਾ ਮਤਲਬ ਕਿ ਫਾਇਦਾ ਨੁਕਸਾਨ ਹੈ ਕਿ ਕਿੰਨਾ ਟਾਈਮ ਬੌਂਡ ਕਰਕੇ ਨਾ ਚੱਲੀ ਕਿਉਂਕਿ ਟਾਈਮ ਬੌਂਡ ਇਹ ਜਿਹੜੇ ਟਾਈਮ ਬੌਂਡ ਤੇ ਆਕੜਿਆਂ ਦੇ ਖੇਡ ਹੁੰਦੇ ਵੱਡੇ ਪੂੰਜੀਪਧੀਆਂ ਦੇ ਖੇਡ ਹੁੰਦੇ ਆ ਤੇ ਇਹ ਜਜ਼ਬਾਤੀ ਲੋਕ ਜਿਹੜੇ ਇਹ ਟਾਈਮ ਬੌਂਡ ਕੰਮ ਆ ਉਹਨਾਂ ਜਾਂ ਗਿੰਤੀ ਮਿੰਤੀਆਂ ਨਹੀਂ ਪਿੰਦੇ ਜ ਸੋ ਐਸੀ ਰੋਸ਼ਨ ਸਿੰਘ ਜੀ ਜਿਨ੍ਹਾਂ ਦੇ ਬੇਟੇ ਵੱਲੋਂ ਪਾਵਰ ਬੈਂਕ ਜਿਹੜੇ ਆ ਉਹ ਤਿਆਰ ਕੀਤੇ ਜਾ ਰਹੇ ਆ ਕਿਸਾਨੀ ਅੰਦੋਲਨ ਵਾਸਤੇ ਤੁਹਾਨੂੰ ਦੱਸਦੀ ਅਸੀਂ ਪਹਿਲਾਂ ਵੀ ਇੱਕ ਖਬਰ ਦਿਖਾਈ ਸੀ ਅੰਮ੍ਰਿਤਸਰ ਤੋਂ ਇਸ ਤਰ੍ਹਾਂ ਹੀ 10 ਸਾਲ ਦਾ ਬੱਚਾ ਸੀ ਜਿਹੜਾ ਜਿੱਦ ਕਰਕੇ ਸਾਈਕਲ ਦੇ ਉੱਤੇ ਕਿਸਾਨੀ ਅੰਦੋਲਨ ਚ ਸ਼ਮੂਲੀਅਤ ਕਰਨ ਲਈ ਪਹੁੰਚਿਆ ਸੀ ਤਾਂ ਅੰਮ੍ਰਿਤਸਰ ਤੋਂ ਇਹ ਦੂਸਰਾ ਬੱਚਾ ਹੈ 14 ਸਾਲ ਉਮਰ ਹੈ ਜਿਨੇ ਪਹਿਲਾਂ ਆਪਣਾ ਪਿਗੀ ਬੈਂਕ ਤੋੜ ਕੇ ਇੱਕ ਪਾਵਰ ਬੈਂਕ ਤਿਆਰ ਕਰਕੇ ਘਰ ਦਿਖਾ ਕੇ ਤੇ ਹੁਣ ਕਿਸਾਨਾਂ ਵਾਸਤੇ ਪਾਵਰ ਬੈਂਕ ਬਣਾ ਰਿਹਾ ਤੇ ਕਿਸਾਨਾਂ ਨੂੰ ਫ੍ਰੀ ਪਾਵਰ ਬੈਂਕ ਮੁਹੱਈਆ ਕਰਵਾ ਰਿਹਾ ਹਾਲਾਂਕਿ ਪਾਵਰ ਬੈਂਕ ਦੀ ਜਿਹੜੀ ਲਾਗਤ ਦੀ ਗੱਲ ਕੀਤੀ ਜਾਵੇ ਤਾਂ 450 ਰੁਪਏ ਦਾ ਪਾਵਰ ਬੈਂਕ ਪੈ ਰਿਆ ਲੇਕਿਨ ਕਿਸਾਨੀ ਅੰਦੋਲਨ ਵਾਸਤੇ ਕਿਸਾਨਾਂ ਵਾਸਤੇ ਬਿਲਕੁਲ ਫ੍ਰੀ ਜਿਹੜੇ ਪਾਵਰ ਬੈਂਕ ਹੈ ਉਹ ਤਿਆਰ ਕੀਤੇ ਜਾ ਰਹੇ ਹੈ ਕੈਮਰਾਮੈਨ ਗੁਰਦੇਵਾਲ ਸਿੰਘ ਦੇ ਨਾਲ ਮੁਕੇਸ਼ ਮਹਿਰਾ ਵਿਜ਼ਨ ਪੰਜਾਬ ਟੀਵੀ ਅੰਮ੍ਰਿਤਸਰ